ਨਾ ਸੋਚ ਦਾ ਫਰਕ ਆ। ਹੁਣ ਉਹਨਾਂ 'ਚ ਵੀ ਜਾਣ ਸਾਡੇ 'ਚ ਵੀ ਜਾਣ ਆ ਭਾਅ ਜੀ। ਹੁਣ ਆਪਣੇ ਜਿਵੇਂ ਕਿਸੇ ਦੀ ਡੈਥ ਹੁੰਦੀ ਆ ਅਤੇ ਆਪਾਂ ਉਹਨਾਂ ਨੂੰ ਪੂਰੇ ਸਨਮਾਨ ਸਹਿਤ ਆਪਾਂ ਉਹਨਾਂ ਨੂੰ ਦਫਨਾਉਂਦੇ ਹਾਂ ਜਾਂ ਆਪਾਂ ਉਹਨਾਂ ਦਾ ਸੰਸਕਾਰ ਕਰਦੇ ਹਾਂ ਅਤੇ ਉਹਨਾਂ ਉਹ ਵੀ ਉਹੀ ਚੀਜ਼ ਡਿਜ਼ਰਵ ਕਰਦੇ ਨੇ। ਜੇ ਕੋਈ ਸੜਕ 'ਤੇ ਮਰਿਆ ਪਿਆ ਨਾ, ਜਿਵੇਂ ਵੱਡਾ ਜਾਨਵਰ ਐਨੀਮਲ ਹੋ ਗਿਆ ਜਾਂ ਜੇ ਡੋਗਸ ਵਗੈਰਾ ਹੋ ਗਏ ਨਾ ਜੀ, ਮਰੇ ਹੁੰਦੇ ਮੈਨੂੰ ਦੱਸ ਦਿਆ ਕਰੋ, ਤੁਹਾਡੇ ਕੋਲ ਨਹੀਂ ਟਾਈਮ ਹੈਗਾ ਮੈਨੂੰ ਦੱਸ ਦਿਓ, ਮੈਂ ਫ੍ਰੀ ਹੁੰਦਾ ਦਿਨ ਦੇ ਵਿੱਚ ਅਤੇ ਮੈਨੂੰ ਫੋਟੋ ਪਾ ਦਿਓ ਗਰੁੱਪ ਦੇ ਵਿੱਚ ਜਾਂ ਮੈਨੂੰ ਵਟਸਐਪ ਕਾਲ ਕਰ ਦਿਓ, ਮੈਂ ਉੱਥੇ ਜਾ ਕੇ ਮੈਂ ਆਪ ਵੀ ਕਈ ਚੱਕੂੰਗਾ, ਮੈਂ ਆਪਦਾ ਦਫਨਾਇਆ ਜਾ ਕੇ ਜੀ। ਆਪਣੇ ਲੋਕਾਂ ਦੀ ਸੋਚ ਬਹੁਤ ਗਲਤ ਆ। ਆਲੇ ਦੁਆਲੇ ਕੁੱਤਾ ਕੋਈ ਮਰ ਜਾਵੇ ਜਾਂ ਬਿੱਲੀ ਕੋਈ ਐਕਸੀਡੈਂਟ ਨਾਲ ਮਰ ਜਾਵੇ, ਉਹਨੂੰ ਦਫਨਾਉਂਦੇ ਨਹੀਂ ਹੈਗੇ ਜਦ ਤੱਕ ਬੋ ਨਹੀਂ ਆਉਂਦੀ। ਜਦ ਬੋ ਆਉਂਦੀ ਆ ਫਿਰ ਯਾਨੀ ਕਾਰਪੋਰੇਸ਼ਨ ਨੂੰ ਕਰਦੇ। ਇਸ ਨਾਲ ਵਧੀਆ ਇੱਕ ਅੱਛੇ ਨਾਗਰਿਕ ਆਪਾਂ ਬਣੀਏ। ਅੱਜ ਤੱਕ ਮੈਂ ਅਗਰ ਹੁਣ ਤੱਕ ਅਸੀਂ ਜੀ 300-400 ਡੋਗ ਅਸੀਂ ਦਫਨਾ ਚੁੱਕਿਆ ਜੀ ਹਾਈਵੇ 'ਤੇ, ਸਾਊਥ ਸਿਟੀ ਤੋਂ ਲੈ ਕੇ ਜੀ, ਮੈਂ ਤੁਹਾਨੂੰ ਏਰੀਆ ਦੱਸ ਦਿੰਦਾ, ਸਾਊਥ ਸਿਟੀ ਤੋਂ ਲੈ ਕੇ ਲਾਡੋਵਾਲ, ਇੱਧਰ ਅੰਬੜਾ, ਇੱਧਰ ਮਲਕਪੁਰ, ਪ੍ਰਤਾਪ ਸਿੰਘ ਵਾਲਾ ਜੀ, ਅਤੇ ਇਹਦੇ ਆਲੇ ਦੁਆਲੇ ਜਿੰਨੇ ਵੀ ਡੋਗਸ ਹੁੰਦੇ, ਮੈਂ ਲੋਕਾਂ ਨੂੰ ਦੱਸ ਦੇਣਾ ਵੀ ਜੇ ਕਿਤੇ ਡੋਗ ਪਿਆ ਸਾਨੂੰ ਦੱਸ ਦੇ। ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ, ਮੈਂ ਵਿਸ਼ਾਲ ਕਪੂਰ। ਚੱਲਦੇ ਚੱਲਦੇ ਇੱਕ ਐਸੇ ਨੌਜਵਾਨ ਮਿਲ ਗਏ ਜੋ ਬੇਸਹਾਰਾ ਜਾਨਵਰਾਂ ਦੀ ਮਦਦ ਕਰਦੇ ਨੇ। ਜਦੋਂ ਕੋਈ ਡੋਗ ਮਰ ਜਾਂਦਾ ਤਾਂ ਜਦ ਤੱਕ ਉਹਦੇ 'ਚ ਸਮੈਲ ਨਹੀਂ ਆਉਂਦੀ ਤਦ ਤੱਕ ਲੋਕ ਜਿਹੜੇ ਨੇ ਉਹਨੂੰ ਉਹ ਤੋਂ ਦੱਸਦੇ ਨਹੀਂ ਗੇ ਕਿਸੇ ਨੂੰ ਕਿ ਉਹ ਡੋਗ ਮਰ ਚੁੱਕਾ ਹੈ, ਅਤੇ ਜਦੋਂ ਸਮੈਲ ਆਉਣੀ ਸ਼ੁਰੂ ਹੋ ਜਾਵੇ ਤਾਂ ਉਸ ਤੋਂ ਬਾਅਦ ਇਗਨੋਰ ਨਾ ਸ਼ੁਰੂ ਹੋ ਜਾਂਦੀ। ਲੇਕਿਨ ਐਸੇ ਨੌਜਵਾਨ ਨੇ ਅਗਰ ਕਿਤੇ ਡੋਗ ਮਰ ਜਾਂਦਾ ਵੈ ਜਾਂ ਕੋਈ ਬੇਜਵਾਨ ਜਾਨਵਰ ਮਰ ਜਾਂਦਾ, ਉਹਨੂੰ ਦਫਨਾਉਣ ਤੱਕ ਦਾ ਕੰਮ ਕਰਦੇ ਨੇ। ਲੇਕਿਨ ਆ ਦੋ ਮੌਜੂਦ ਨੇ, ਤਿੰਨ ਭਰਾ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਵੀਰ ਨਾਮ ਕੀ ਆਪਣਾ? ਇਹ ਭਾਅ ਜੀ ਮੇਰਾ ਨਾਮ ਮਹਿਕਪ੍ਰੀਤ ਸਿੰਘ ਹੈ। ਮਹਿਕ ਪਹਿਲੇ ਕੀ ਕਰਦੇ ਸੀ? ਇਹ ਭਾਅ ਜੀ ਮੈਂ ਪਹਿਲਾਂ ਕਾਰਪੋਰੇਸ਼ਨ ਸੀਗਾ ਜੀ। ਛੱਡੀ ਕਿਉਂ ਭਾਅ ਜੀ? ਉਹ ਦੱਸਣਾ ਚਾਹੂੰਗਾ। ਅੱਛਾ, ਦੱਸਣਾ ਨਹੀਂ ਚਾਹੁੰਦੇ ਹੋ। ਹੁਣ ਜਿਹੜਾ ਇਹ ਨਵਾਂ ਇੱਕ ਸੋਚਿਆ ਤੁਸੀਂ ਕਿ ਜਿਹੜੇ ਡੋਗ ਮਰ ਜਾਂਦੇ ਨੇ ਜਦ ਤੱਕ ਸਮੈਲ ਨਾ ਆਵੇ, ਡੋਗ ਦੀ ਵੀ ਇੱਕ ਜ਼ਿੰਦਗੀ ਹੁੰਦੀ ਹੈ, ਸਭ ਨੂੰ ਪਹਿਲੇ ਰੋਟੀ ਉਹਨੂੰ ਮਿਲੀ ਸੀ ਤਾਂ ਹੀ ਇਨਸਾਨਾਂ ਨੂੰ ਮਿਲਣੀ ਸੀਗੀ, ਲੋਕ ਕੇਅਰ ਕਿਉਂ ਨਹੀਂ ਕਰਦੇ? ਉਹ ਇਹ ਦਿਮਾਗ 'ਚ ਕਿੱਦਾਂ ਆ ਗਿਆ ਕਿ ਇਹਨਾਂ ਦੀ ਹੁਣ ਆਪਾਂ ਦਫਨਾਉਣ ਦਾ ਕੰਮ ਕਰਨਾ ਉਹਨਾਂ ਨੂੰ? ਭਾਅ ਜੀ ਪਤਾ ਕੀ, ਹਰ ਇੱਕ ਦਿਨ ਸੋਚ ਦਾ ਫਰਕ ਆ। ਹੁਣ ਉਹਨਾਂ 'ਚ ਵੀ ਜਾਣ ਸਾਡੇ 'ਚ ਵੀ ਜਾਣ ਆ ਭਾਅ ਜੀ। ਹੁਣ ਆਪਣੇ ਜਿਵੇਂ ਕਿਸੇ ਦੀ ਡੈਥ ਹੁੰਦੀ ਆ ਅਤੇ ਆਪਾਂ ਉਹਨਾਂ ਨੂੰ ਪੂਰੇ ਸਨਮਾਨ ਸਹਿਤ ਆਪਾਂ ਉਹਨਾਂ ਨੂੰ ਦਫਨਾਉਂਦੇ ਹਾਂ ਜਾਂ ਆਪਾਂ ਉਹਨਾਂ ਦਾ ਸੰਸਕਾਰ ਕਰਦੇ ਹਾਂ ਅਤੇ ਉਹਨਾਂ ਉਹ ਵੀ ਉਹੀ ਚੀਜ਼ ਡਿਜ਼ਰਵ ਕਰਦੇ ਨੇ। ਅਤੇ ਆਪਣੇ ਲੋਕਾਂ ਦੀ ਭਾਅ ਜੀ ਮੈਨੂੰ ਮਾਫ਼ ਕਰਿਓ, ਮੈਂ ਥੋੜ੍ਹਾ ਇੱਥੇ ਗਲਤ ਬੋਲਣ ਲੱਗਾ। ਆਪਣੇ ਲੋਕਾਂ ਦੀ ਸੋਚ ਬਹੁਤ ਗਲਤ ਆ। ਆਲੇ ਦੁਆਲੇ ਕੁੱਤਾ ਕੋਈ ਮਰ ਜਾਵੇ ਜਾਂ ਬਿੱਲੀ ਕੋਈ ਐਕਸੀਡੈਂਟ ਨਾਲ ਮਰ ਜਾਵੇ, ਉਹਨੂੰ ਦਫਨਾਉਂਦੇ ਨਹੀਂ ਹੈਗੇ ਜਦ ਤੱਕ ਬੋ ਨਹੀਂ ਆਉਂਦੀ। ਜਦ ਬੋ ਆਉਂਦੀ ਆ ਫਿਰ ਯਾਨੀ ਕਾਰਪੋਰੇਸ਼ਨ ਨੂੰ ਕਰਦੇ। ਇਸ ਨਾਲ ਵਧੀਆ ਇੱਕ ਅੱਛੇ ਨਾਗਰਿਕ ਆਪਾਂ ਬਣੀਏ। ਜੇ ਤੁਹਾਨੂੰ ਕੋਈ ਦਿਖਦਾ ਵਾ, ਜੇ ਤੁਹਾਡੇ ਕੋਲ ਨਹੀਂ ਹੁੰਦਾ, ਕੋਈ ਚੱਕਰ ਨਹੀਂ, ਤੁਸੀਂ ਸਾਨੂੰ ਕਾਲ ਕਰੋ। ਸਾਡੇ ਵੀਰ ਪੁਸ਼ਪਿੰਦਰ ਭਾਅ ਜੀ, ਇਹਨਾਂ ਨੂੰ ਅਸੀਂ ਐਨੀਮਲ ਪ੍ਰੋਟੈਕਸ਼ਨ ਸੈੱਲ ਦਾ ਇੰਚਾਰਜ ਲਾਇਆ ਹੋਇਆ, ਤੁਹਾਨੂੰ ਅਸੀਂ ਇਹਨਾਂ ਦਾ ਨੰਬਰ ਦੇ ਦਿੰਦੇ ਹਾਂ, ਤੁਸੀਂ ਇਹਨਾਂ ਨੂੰ ਕਾਲ ਕਰੋ, ਅਸੀਂ ਉਹ ਦਫਨਾ ਕੇ ਜਾਵਾਂਗੇ ਜੀ। ਲੇਕਿਨ ਵੀਰੇ ਮੈਨੂੰ ਇੱਕ ਗੱਲ ਦੱਸੋ, ਜਿਹੜੇ ਘਰਾਂ 'ਚ ਡੋਗ ਪਾਲੇ ਹੁੰਦੇ ਉਹਨਾਂ ਦੀ ਬੜੀ ਕੇਅਰ ਹੁੰਦੀ ਹੈ, ਲੇਕਿਨ ਉਹ ਜਿਹੜੇ ਬਾਹਰ ਜਿਹੜੇ ਡੋਗ ਹੁੰਦੇ ਨੇ, ਸਟਰੀਟ ਡੋਗ ਜਿਹਨੂੰ ਕਿਹਾ ਜਾ ਸਕਦਾ, ਉਹ ਚੋਰਾਂ ਤੋਂ ਸਾਡੀ ਮਦਦ ਕਰਦੇ, ਘਰ ਵਾਲਾ ਡੋਗ ਤਾਂ ਸੁਸਤ ਹੁੰਦਾ, ਘਰ ਬੈਠਾ ਰਹਿੰਦਾ, ਜਿਹੜੀ ਉਹ ਰਾਤ ਭਰ ਸਾਡੇ ਘਰ ਦੀ ਰਾਖੀ ਕਰਦੇ, ਸਾਡੀ ਚੀਜ਼ਾਂ ਦੀ ਰਾਖੀ ਕਰਦੇ ਨੇ, ਆਖਿਰ ਲੋਕ ਉਹਨਾਂ ਡੰਡੇ ਕਿਉਂ ਮਾਰਦੇ ਨੇ, ਆਖਿਰ ਲੋਕ ਉਹਨਾਂ ਦੇ ਉੱਤੇ ਸੰਤਾਪ ਕਿਉਂ ਪਾਉਂਦੇ ਨੇ ਕਿ ਉਹ ਯਾਰ ਜੀਣਾ ਉਹਨਾਂ ਨੇ 12-13 ਸਾਲ 20 ਸਾਲ ਦੀ ਉਮਰ ਚਾਹੇ ਹੁੰਦੀ ਹੋਏਗੀ, 12-13 ਸਾਲ ਜਿੰਦੇ ਨੇ ਯਾਰ, ਉਹਨਾਂ ਦੇ ਵਿੱਚ ਖਵਾਰਿਸ਼ ਨਹੀਂ ਹੁੰਦੀ ਕਿ ਇਹ ਜਿਸ ਘਰ ਦੀ ਮੈਂ ਰਾਖੀ ਕਰਦਾ, ਜਿਸ ਮਹੱਲੇ ਦੀ ਮੈਂ ਰਾਖੀ ਕਰਦਾ ਪਿਆ ਵਾਂ, ਔਰ ਬੰਦੇ ਹੀ ਮੈਨੂੰ ਕੁਛ ਖਾਣ ਨੂੰ ਪਾ ਦੇਣੀ ਯਾਰ। ਭਾਅ ਜੀ ਤੁਹਾਨੂੰ ਪਤਾ ਵਾ ਅੱਜ ਕੱਲ੍ਹ ਦਾ ਜਿਵੇਂ ਜ਼ਮਾਨਾ ਵਾ, ਅੱਜ ਕੱਲ੍ਹ ਮਤਲਬ ਪ੍ਰਸਤੀ ਦਾ ਜ਼ਮਾਨਾ ਹੋ ਚੁੱਕਾ ਜੀ। ਅੱਜ ਕੱਲ੍ਹ ਜਿਵੇਂ ਪਹਿਲਾਂ ਟਾਈਮ ਸੀ ਭਾਅ ਜੀ, ਤੁਸੀਂ ਵੀ ਆਪਣਾ ਦੇਖਿਆ ਹੋਣਾ ਵਾ, ਸਾਰੇ ਅਸੀਂ ਇਕੱਠੇ ਹੋ ਕੇ, ਲੋਹੜੀ ਹੋ ਗਏ, ਦੀਵਾਲੀ ਹੋ ਗਈ, ਆਪਾਂ ਤਿਉਹਾਰ ਸਾਰੇ ਆਪਾਂ ਇਕੱਠੇ ਰਲ ਕੇ ਮਨਾਉਂਦੇ ਸੀਗੇ। ਅੱਜ ਕੱਲ੍ਹ ਭਾਅ ਜੀ ਟਾਈਮ ਦਾ ਤੁਸੀਂ ਲਾ ਲਓ ਅਭਾਵ। ਲੇਕਿਨ ਨਹੀਂ, ਇੱਥੇ ਮੈਂ ਇੱਕ ਗੱਲ ਕਹੂੰਗਾ ਕਿ ਸਾਡੇ 'ਚ ਫਿਰਕੂਵਾਦ ਪਾਉਣਾ ਸ਼ੁਰੂ ਨਹੀਂ ਕਰਤਾ ਭਾਅ ਜੀ? ਬਹੁਤ ਬਹੁਤ ਭਾਅ ਜੀ, ਮੈਂ ਇੱਥੇ ਇੱਕ ਜਨਤਾ ਨੂੰ ਕਹਿਣਾ ਚਾਹੂੰਗਾ ਕਿ ਨਾ, ਆਪਾਂ ਇੱਕ ਆਮ ਲੋਕ ਹਾਂ, ਆਪਾਂ ਹਿੰਦੂ ਮੁਸਲਿਮ ਸਿੱਖ ਇਸਾਈ ਨਹੀਂ ਹੈ, ਸਭ ਤੋਂ ਪਹਿਲਾਂ ਇਨਸਾਨ ਆ। ਇਹ ਭੁੱਲ ਗਏ ਨੇ ਲੋਕ, ਆਹ ਲੋਕ ਭੁੱਲ ਗਏ ਨੇ ਜੀ। ਯਾਰ ਮੈਨੂੰ ਇੱਕ ਗੱਲ ਦੱਸੋ ਵੀਰ, ਮੈਂ ਆਪਣਾ ਹੱਥ ਕੱਟ ਲਾ ਲੈਂਦਾ, ਤੁਹਾਡੀ ਵੀ ਕੱਟ ਲਾਊਂਗਾ, ਤਿੰਨਾਂ ਦੇ ਕੱਟ ਲਾਊਂਗਾ। ਯਾਰ ਮੈਂ ਹਿੰਦੂ ਧਰਮ ਤੋਂ ਬਿਲੋਂਗ ਕਰਦਾ,
ਤੁਸੀਂ ਸਿੱਖ ਧਰਮ ਤੋਂ ਬਿਲੋਂਗ ਕਰਦੇ ਹੋ ਤੇ ਮੁਸਲਮਾਨ ਭਾਈ ਨੂੰ ਬੁਲਾ ਲੈਂਦੇ ਆਪਾਂ, ਈਸਾਈ ਨੂੰ ਬੁਲਾ ਲਾਂਗੇ। ਯਾ ਮੈਨੂੰ ਇੱਕ ਗੱਲ ਦੱਸੋ, ਉਹਦੇ ਨੀਲਾ ਕਾਲਾ ਲਾਲ ਖੂਨ ਨਿਕਲਦਾ ਕਿਸੇ ਚੋਂ? ਨਹੀਂ ਨਹੀਂ ਭਾਜੀ, ਰੈੱਡ ਹੈ ਜੀ। ਫਿਰ ਇਹ ਫਿਰਕੂ ਬਾਅਦ ਕਿਉਂ ਆ ਭਾਜੀ? ਆ ਇੱਕ ਕਹਿ ਲਓ ਕਿ ਉੱਪਰਲੇ ਲੋਕਾਂ ਦੀ ਇੱਕ ਭਾਜੀ ਬਿਜ਼ਨਸ ਆ, ਕਿਉਂਕਿ ਤੁਸੀਂ ਇੱਕ ਮੂਵੀ ਦੇਖੀ ਹੁਣ ਟਾਈਗਰ ਜਿੰਦਾ ਹੈ, ਉਹਦੇ ਵਿੱਚ ਚੀਜ਼ ਸਾਰੀ ਕਲੀਅਰ ਕੀਤੀਆਂ ਗਈਆਂ ਨੇ ਕਿ ਆ ਉੱਪਰਲੇ ਜਿਹੜੇ ਲੀਡਰਸ ਨੇ ਉਹਨਾਂ ਦਾ ਸਾਰਿਆਂ ਦੇ ਪੈਸੇ ਕਮਾਉਣ ਦਾ ਇੱਕ ਢੰਗ ਆ। ਬਿਲਕੁਲ ਰਾਈਟ। ਇਹਦੇ ਵਿੱਚ ਸਾਡੇ ਵਰਗੇ ਲੋਕ ਪਿਸਦੇ ਜਾਂਦੇ ਨੇ। ਹੁਣ ਕਿਸਾਨੀ ਅੰਦੋਲਨ ਸ਼ੁਰੂ ਹੋ ਚੁੱਕਾ, ਤੁਹਾਨੂੰ ਪਤਾ 2019 ਤੇ 2020 'ਚ ਬੜਾ ਸੰਤਾਪ ਚੱਲਿਆ। ਬਿਲਕੁਲ। ਹੁਣ ਉੱਥੇ ਟੀਅਰ ਗੈਸ ਗੋਲੀਆਂ ਤੱਕ ਚਲਾਈਆਂ ਜਾਂਦੀਆਂ ਨੇ। ਹਾਂਜੀ ਹਾਂਜੀ ਭਾਅ ਜੀ, ਭਾਅ ਜੀ ਇਹ ਬਹੁਤ ਗਲਤ ਆ। ਦੇਖੋ ਭਾਅ ਜੀ, ਸਰਕਾਰ ਨੂੰ ਇੱਕ ਚਾਹੀਦਾ ਵਾ ਕਿ ਸਾਰੇ ਆਪਾਂ ਇੱਕ ਇਨਸਾਨ ਆ, ਠੀਕ ਹੈ ਜੀ? ਤੁਸੀਂ ਮੰਤਰੀ ਬਾਅਦ 'ਚ ਬਣੇ ਹੋ, ਸਭ ਤੋਂ ਪਹਿਲਾਂ ਤੁਸੀਂ ਇਨਸਾਨ ਸੀਗੇ, ਤੁਸੀਂ ਫਿਰ ਕੌਂਸਲਰ ਦੀ ਇਲੈਕਸ਼ਨ ਲੜੀਆਂ, ਫਿਰ MLA ਬਣੇ, ਫਿਰ MP ਦੇ ਤੌਰ 'ਤੇ ਆਏ ਹੋ। ਸਭ ਤੋਂ ਪਹਿਲਾਂ ਤੁਸੀਂ ਇੱਕ ਜਿਵੇਂ ਇਨਸਾਨ ਨੇ ਆਪਣੇ ਆਲੇ ਦੁਆਲੇ ਲੋਕਾਂ ਨਾਲ ਬੈਠਕ ਕਰੋ, ਉਹਨਾਂ ਨੂੰ ਪੁੱਛੋ ਤੁਹਾਨੂੰ ਕੀ ਦਿੱਕਤ ਆ। ਲੇਕਿਨ ਉਹਨਾਂ ਦੀ ਗਰਦਨ 'ਚ ਰੀਡ ਦੀ ਸਰੀਆ ਹੁੰਦਾ, ਉਹ ਸਟੇਬਲ ਰਹਿਣ ਵਾਲਾ ਸਰੀਆ ਹੁੰਦਾ, ਉਹ ਦੂਜਾ ਸਰੀਆ ਨਹੀਂ ਹੁੰਦਾ ਸਟੈਚੇਬਲ, ਉਹ ਨਹੀਂ ਹੈ। ਸਰੀਆ ਤੋਣ 'ਚ ਤਾਂ ਜਿਹੜੇ ਬੰਦੇ ਦੇ ਹੋਊਗਾ ਨਾ, ਉਹ ਬੰਦਾ ਕਦੇ ਝੁੱਕੇਗਾ ਨਹੀਂ। ਇੱਕ ਗੱਲ ਯਾਦ ਰੱਖਣਾ, ਅਗਰ ਸੈਂਟਰ ਨਾਲ ਵਾਹ ਕੇ ਉਹ ਪਵੇ ਕਿਸਾਨਾਂ ਦਾ, ਅਗਰ ਸੈਂਟਰ ਝੁੱਕ ਜਾਵੇ ਜਾਂ ਸਟੇਟ ਗੌਰਮੈਂਟ ਉਹਨਾਂ ਦੀ ਪੋਲਸੀ ਮੰਨ ਲਏ, ਸੈਂਟਰ ਦਾ ਗੱਲ ਆ, ਜੇ ਕਿਸਾਨ ਜਾਣੀ ਨਾ। ਬਿਲਕੁਲ ਭਾਅ ਜੀ, ਉਹੀ ਗੱਲ ਆ। ਐਕਚੁਅਲੀ ਪੰਜਾਬ ਨੂੰ ਨਾ ਵਿਤਕਰਾ ਬਹੁਤ ਹੁੰਦਾ ਭਾਅ ਜੀ, ਆਹ ਭਾਅ ਜੀ ਸਦੀਆਂ ਤੋਂ ਹੁੰਦਾ ਆਇਆ ਵਾ, ਚਾਹੇ ਆਪਾਂ ਪੁਰਾਣੇ ਟਾਈਮ ਤੋਂ ਦੇਖੀਏ ਚਾਹੇ ਹੁਣ ਦਾ ਦੇਖ ਲਈਏ ਜੀ। ਉਹਨਾਂ ਦੇ ਵਿੱਚ ਤੁਸੀਂ ਹੁਣ ਜਿਹੜੇ ਡੋਗਸ ਜਿਹੜੇ ਹੈਗੇ ਨੇ, ਉਹਨਾਂ ਦੀ ਹੁਣ ਨਿਰੰਤਰ ਸੇਵਾ ਕਿੱਦਾਂ ਚੱਲੀ ਰਹੇਗੀ ਤੁਹਾਡੀ? ਭਾਅ ਜੀ ਇਹਦੇ 'ਚ ਇੱਦਾਂ ਵਾ ਭਾਅ ਜੀ, ਦਾ ਤੁਹਾਨੂੰ ਨੰਬਰ ਅਸੀਂ ਦੱਸ ਦਿੰਦੇ ਹਾਂ, ਅਤੇ ਉੱਥੇ ਭਾਅ ਜੀ ਤੁਸੀਂ ਕਾਲ ਕਰਨਾ ਵਾ ਕਿਸੇ ਨੇ ਵੀ, ਅਤੇ ਸਾਡੀ ਟੀਮ ਤੁਰੰਤ ਉੱਥੇ ਪਹੁੰਚ ਕੇ ਦਫਨਾ ਕੇ ਪ੍ਰੋਪਰਲੀ ਸਨਮਾਨ ਸਹਿਤ ਫਿਰ ਜਾਵੇਗੀ ਜੀ। ਵੀਰੇ ਇੱਧਰ ਆਓ, ਕਿਉਂਕਿ ਸ਼ੈਡੋ ਪੈ ਗਈ, ਇੱਧਰ ਆਓ ਵੀਰੇ। ਸਟਾਰਟ ਹੀ ਹੈ ਵੀਰੇ, ਨਾ ਨਾ ਸ਼ਰਮਾਈ ਦਾ ਕਦੀ, ਜੇ ਕੋਈ ਸੇਵਾ ਕਰੀ ਤਾਂ ਸ਼ਰਮਾਈ ਦਾ ਨਹੀਂ ਗਾ, ਸ਼ਰਮਾਉਣ ਵਾਲਾ ਬੰਦਾ ਕਦੀ ਸੇਵਾ ਨਹੀਂ ਕਰ ਸਕਦਾ। ਅਗਰ ਗੁਪਤ ਤਰੀਕੇ ਨਾਲ ਸੇਵਾ ਕਰਨੀ, ਉਹ ਵੀ ਕੰਮ ਵਧੀਆ ਵੈ। ਹੁਣ ਸੇਵਾ ਕਰਨ ਦਾ ਤੁਸੀਂ ਉਪਰਾਲਾ ਕਰ ਹੀ ਲਿਆ, ਤਾਂ ਉਮਰ ਕਿੰਨੀ ਹੈ? ਮੇਰੀ ਵੀਰੇ ਉਮਰ 26 ਸਾਲ ਦੀ ਹੈ ਜੀ। 26 ਸਾਲ ਦੀ ਉਮਰ ਹੈ, ਕਿੱਦਾਂ ਲੰਘੇ ਸੀਗੇ, ਲੰਘਦੇ ਪਏ ਸੀ ਕਿੱਥੋਂ ਦੀ ਇਹ ਸੋਚ ਬਦਲੀ? ਵੀਰੇ 3 ਸਾਲ ਹੋ ਗਏ ਮੈਨੂੰ, 2020 ਤੋਂ ਅਸੀਂ ਸੇਵਾ ਕਰਦੇ ਆ ਰਿਹਾ ਜੀ। ਬਦਲੀ ਕਿੱਦਾਂ ਸੋਚ? ਹਾਂਜੀ, ਸੋਚ ਨਾ ਮੇਰਾ ਡੌਗੀ ਸੀਗਾ, ਮੇਰੇ ਕੋਲ ਅਮੈਰੀਕਨ ਬੁਲੀ ਸੀਗਾ, ਡੌਗ ਸੀਗਾ 2016 ਦੇ ਵਿੱਚ। ਉਸ ਤੋਂ ਬਾਅਦ ਅਸੀਂ ਉਹਨੂੰ ਪਾਲਿਆ ਬੁਲਾਇਆ ਨਾ, ਟੀਕੇ ਨਹੀਂ ਲਵਾਏ ਸੀਗੇ ਉਹਦੇ, ਤਾਂ 2020 ਦੇ ਵਿੱਚ ਲੋਕਡਾਊਨ ਲੱਗਿਆ ਸੀਗਾ, ਅਤੇ ਕਦੋਂ ਯੂਨੀਵਰਸਿਟੀ 'ਚ ਹੜਤਾਲ ਚੱਲੀ ਡਾਕਟਰਾਂ ਦੀ, ਮੇਰਾ ਡੌਗੀ ਨਾ ਮੇਰਾ ਅੱਖਾਂ ਸਾਹਮਣੇ ਤੜਫ ਤੜਫ ਕੇ ਮਰ ਗਿਆ ਤਾ ਕਰਕੇ। ਅਸੀਂ ਉਹਨੂੰ ਯੂਨੀਵਰਸਿਟੀ ਵੀ ਲੈ ਕੇ, ਡਾਕਟਰ ਦੀ ਹੜਤਾਲ ਸੀਗੀ, ਫਿਰ ਅਸੀਂ ਨਾ ਗੁਰਦੁਆਰਾ ਦੁੱਖ ਨੂੰ ਆਪਣੇ ਹੈਗਾ ਹੈਬੋਲ, ਉੱਥੇ ਅਸੀਂ ਲੈ ਕੇ ਡਾਕਟਰ ਕੋਲ, ਉਹ ਡਾਕਟਰ ਦੀ ਸੀਗੀ ਗੁਰਬੰਦ, ਉਹਨੇ 2 ਵਾਰੀ ਟਿਓ ਅੱਖਾਂ ਦੇ ਮੂੰਹ ਵਿੱਚ ਪਾਇਆ, ਇੰਜੈਕਸ਼ਨ ਪਾਇਆ, ਵਿਚਾਰਾ ਉੱਥੇ ਹੀ ਮਰ ਗਿਆ ਤਾ ਕਰਕੇ। ਉਸ ਤੋਂ ਬਾਅਦ ਫਿਰ ਸੋਚ ਲਿਆ ਵੀ ਹੁਣ ਅੱਜ ਤੋਂ ਬਾਅਦ ਚਾਹੇ ਆਪਦਾ ਘਰ ਦਾ ਡੋਗਾ ਚਾਹੇ ਬਾਹਰਲਾ ਡੋਗਾ, ਕੋਈ ਆਚ ਨਹੀਂ ਆਉਣ ਦੇਣੀ, ਕੋਈ ਵੀ ਪ੍ਰੋਬਲਮ ਹੁੰਦੀ ਆ ਭੱਜ ਕੇ ਮੂਹਰੇ ਕਰਨਾ ਹੀ ਕਰਨਾ ਵਾ ਜੀ। ਮੇਰੇ ਸਟੇਟਸ ਲੱਗਦੇ ਆ ਵਟਸਐਪ ਦੇ ਵਿੱਚ, ਤਾਂ ਮੈਂ ਲੋਕਾਂ ਨੂੰ ਕਹਿਣਾ ਹੁੰਦਾ ਵਾਂ ਕਿ ਵੀ ਤੁਸੀਂ ਜੇਕਰ ਤੁਹਾਡੇ ਆਲੇ ਦੁਆਲੇ ਕੋਈ ਡੋਗਸ ਹੁੰਦਾ, ਸਟਰੀਟ ਡੋਗਸ ਹੁੰਦਾ, ਤਾਂ ਮੈਨੂੰ ਜ਼ਰੂਰ ਦੱਸ ਦਿਆ ਕਰੋ। ਜੇ ਕੋਈ ਸੜਕ 'ਤੇ ਮਰਿਆ ਪੈਂਦਾ, ਜਿਵੇਂ ਵੱਡਾ ਜਾਨਵਰ ਐਨੀਮਲ ਹੋ ਗਿਆ, ਜਾਂ ਜੇ ਡੋਗਸ ਵਗੈਰਾ ਹੋ ਗਏ ਨਾ ਜੀ ਮਰੇ ਹੁੰਦੇ, ਮੈਨੂੰ ਦੱਸ ਦਿਆ ਕਰੋ। ਤੁਹਾਡੇ ਕੋਲ ਨਹੀਂ ਟਾਈਮ ਹੈਗਾ ਮੈਨੂੰ ਦੱਸ ਦਿਓ, ਮੈਂ ਫ੍ਰੀ ਹੁੰਦਾ ਦਿਨ ਦੇ ਵਿੱਚ, ਅਤੇ ਮੈਨੂੰ ਫੋਟੋ ਪਾ ਦਿਓ ਗਰੁੱਪ ਦੇ ਵਿੱਚ, ਜਾਂ ਮੈਨੂੰ ਵਟਸਐਪ ਕਾਲ ਕਰ ਦਿਓ, ਮੈਂ ਉੱਥੇ ਜਾ ਕੇ ਮੈਂ ਆਪ ਹੀ ਕਈ ਚੱਕੂੰਗਾ, ਮੈਂ ਆਪਦਾ ਦਫਨਾਇਆਂਗਾ ਜਾ ਕੇ ਜੀ। ਇਹ ਵੱਡਾ ਜਾਨਵਰ ਆ ਜੀ, ਐਨੀਮਲ ਆ, ਜਿਵੇਂ ਵੱਡਾ ਮੱਝ ਗਾਂ ਹੋ ਗਈ ਜੀ, ਉਹ ਅਸੀਂ ਛੋਟੇ ਹਾਥੀ ਦਾ ਜਿਹੜੇ ਉਹ ਲੈ ਕੇ ਜਾਂਦੇ, ਉਹ ਚੱਕ ਕੇ ਲੈ ਜਾਂਦੇ, ਉਹਨੂੰ ਅਸੀਂ ਕਰਾ ਵੀ ਸੀ, ਖੁਦ ਪੇ ਕਰਦੇ ਆ ਜੀ ਅਸੀਂ। ਤੁਸੀਂ ਪੈਸਾ ਕਿਸੇ ਕੋਲ ਨਹੀਂ? ਕਿਸੇ ਤੋਂ ਪੈਸੇ ਲੈਂਦੇ ਜੀ? ਕੰਮ ਕੀ ਕਰਦੇ ਹੋ? ਹਾਂਜੀ, ਮੈਂ ਹੋਮ ਕੇਅਰ ਜੋਬ ਕਰਦਾ ਜੀ। ਕਿੰਨਾ ਕਮਾ ਲੈਂਦੇ? ਹਾਂਜੀ, ਜੋਬ 15,000 ਰੁਪਏ ਕਮਾਉਣਾ ਜੀ ਉਹਦੇ ਵਿੱਚ। 15,000 'ਚ ਮਹੀਨੇ 'ਚ ਯਾਰ 20-25 ਮਿਲ ਗਏ ਅਤੇ ਕਾਟੋ। ਮੈਡੀਸਨ ਹੀ ਬਹੁਤ ਮਹਿੰਗੀ ਹੈ ਜੀ, ਇੰਨੀ ਮੈਡੀਸਨ ਮਹਿੰਗੀ ਹੈ ਜੀ, ਤੁਸੀਂ ਪੁੱਛੋਗੇ ਨਹੀਂ। ਤਕਰੀਬਨ ਜਿਹੜਾ ਸ਼ੈਂਪੂ ਹੈ ਨਾ ਇੱਕ ਡੋਗ ਦਾ, ਉਹੀ 250 ਰੁਪਏ ਸ਼ੈਂਪੂ ਹੈ ਜੀ। ਇੰਜੈਕਸ਼ਨ ਟੈਕਸਮ ਇੰਜੈਕਸ਼ਨ ਲੱਗਦਾ ਵਾ, ਇੱਕ ਵੈਰਾਮੈਕਟਨ ਇੰਜੈਕਸ਼ਨ, ਜਿਹਦੇ ਨਾਲ ਖਾਰਸ ਵਗੈਰਾ ਹੁੰਦੀ ਜਾਂ ਐਲਰਜੀ ਹੁੰਦੀ ਜਾਂ ਜ਼ਖਮ ਹੁੰਦਾ, ਕੀੜੇ ਕੂੜੇ ਪੈਂਦਾ ਜੀ, ਉਹੀ ਬਹੁਤ ਮਹਿੰਗਾ ਜੀ, 140 ਰੁਪਏ ਦਾ ਇੰਜੈਕਸ਼ਨ ਹੋਈ ਹੈ ਜੀ। ਰੇਂਜ ਕਿੱਦਾਂ ਵੀਰੇ? ਰੇਂਜ ਵੀਰੇ ਬਸ ਜਿਵੇਂ ਨਾ ਮੇਰੇ ਇੱਕ ਤਾਂ ਇਹ ਸਰਵਿਸ ਹੋ ਗਈ ਹੋਮ ਕੇਅਰ ਦੇ ਵਿੱਚ, ਜਿਵੇਂ ਆਪਣੇ ਨਾ ਮੈਂ ICU ਡਿਊਟੀ ਕਰ ਲਈ ਤਾਂ ਕਰਕੇ, ICU ਡਿਊਟੀ ਕਰਕੇ ਮੈਂ ਫਿਰ ਕੰਮ ਸਿੱਖਿਆ ਮੈਂ, ਜਿਵੇਂ NG ਪਾਉਣਾ, ਕੈਥ ਪਾਉਣਾ ਹੈ ਨਾ,
ਉਹ ਜਿਹੜੀ ਉਹ ਮੈਨੂੰ ਜਿਹੜੀ ਬਾਹਰੋਂ ਪੇਸ਼ੈਂਟ ਹੁੰਦੇ ਆ ਕੋਈ ਘਰੇ ਜਾ ਕੇ ਸਰਵਿਸ ਕਰਕੇ ਆਈਦੀ ਆ, ਉਹਦੇ ਪੈਸੇ ਮਿਲਣ ਨੂੰ 400-500 ਜਿਹੜਾ ਮਿਲ ਜਾਣਾ, ਉਹਦਾ ਮੈਂ ਇੱਕ ਸਾਈਡ 'ਤੇ ਕੱਢ ਲੈਣਾ। ਜਿਹੜੀ ਤਨਖਾਹ ਮਿਲਦੀ ਉਹ 'ਚੋਂ ਮੈਂ 1,000 ਰੁਪਈਆ ਇੱਕ ਸਾਈਡ 'ਤੇ ਕੱਢ ਕੇ ਰੱਖਣਾ ਹੀ ਰੱਖਣਾ ਜੀ। ਉਹ 1,000 ਰੁਪਈਆ ਮੈਨੂੰ ਪਤਾ ਹੁੰਦਾ ਵੀ ਕਿਸੇ ਜਾਨਵਰ 'ਤੇ ਜਾਂ ਇਨਸਾਨ 'ਤੇ ਲੱਗਣਾ ਹੀ ਲੱਗਣਾ ਜੀ। ਮੈਨੂੰ ਲੱਗਦਾ ਵੀ ਜਿਵੇਂ ਮੰਨ ਲਓ ਮੈਂ ਦੇਖ ਲਿਆ ਵੀ ਉਹ ਜਿਵੇਂ ਸਰਦਾਰ ਬੰਦਾ ਜਾ ਰਿਹਾ, ਜਿਵੇਂ ਮੈਨੂੰ ਲੱਗਦਾ ਲੋੜ ਆ ਉਹਨੂੰ ਕਿਸੇ ਪੱਗ ਦੀ ਜਾਂ ਬੂਟ ਦੀ ਲੋੜ ਆ, ਤਾਂ ਉਹਨੂੰ ਮੈਂ ਬੂਟ ਲੈ ਦੇਣੇ ਜੀ। ਮੈਂ ਦੇਖਦਾ ਨੀਗਾ, ਵੀਡੀਓ ਤਾਂ ਅਸੀਂ ਬਣਾਉਂਦੇ ਨੀਗੇ ਜੀ, ਵੱਜਦੀ ਜਾਣਾ ਉਹਨੂੰ ਦੇ ਦੇਣੇ ਬਸ ਬੂਟ। ਇਸੇ ਤਰ੍ਹਾਂ ਹੀ ਜਾਨਵਰ ਦੀ ਸੇਵਾ, ਮੈਂ ਮੰਨ ਲਿਆ ਜਿਵੇਂ ਤੁਰਿਆ ਜਾਣਾ, ਮੈਂ ਦੇਖ ਲਿਆ ਵੀ ਉਹ ਜਾਨਵਰ ਮਰਿਆ ਪਿਆ, ਮੈਂ ਮੋਟਰ ਰੋਕਣਾ, ਮੋਟਰ ਚੱਕ ਪਹਿਲਾਂ ਜਾਨਵਰ ਨੂੰ ਸਾਈਡ 'ਤੇ ਕਰਨਾ, ਮੈਂ ਆਪਦੇ ਫਿਰ ਕਈ ਚੱਕ ਅੱਗੇ ਲੈ ਕਰੋ ਜੇ ਆਲੇ ਦੁਆਲੇ ਮਿਲ ਗਈ ਠੀਕ ਆ, ਨਹੀਂ ਤਾਂ ਫਿਰ ਮੈਂ ਕਈ ਚੱਕ ਉਹਨੂੰ ਦਫਨਾਉਣੀ ਦਫਨਾਉਣਾ ਜੀ। ਅੱਜ ਤੱਕ ਮੈਂ ਅਗਰ ਹੁਣ ਤੱਕ ਅਸੀਂ ਜੀ 300-400 ਡੋਗ ਅਸੀਂ ਦਫਨਾ ਚੁੱਕਿਆ ਜੀ ਹਾਈਵੇ 'ਤੇ, ਸਾਊਥ ਸਿਟੀ ਤੋਂ ਲੈ ਕੇ ਜੀ, ਮੈਂ ਤੁਹਾਨੂੰ ਏਰੀਆ ਦੱਸ ਦਿੰਦਾ, ਸਾਊਥ ਸਿਟੀ ਤੋਂ ਲੈ ਕੇ ਲਾਡੋਵਾਲ, ਇੱਧਰ ਅੰਬੜਾ, ਇੱਧਰ ਮਲਕਪੁਰ ਪ੍ਰਤਾਪ ਸਿੰਘ ਵਾਲਾ ਜੀ, ਅਤੇ ਇਹਦੇ ਆਲੇ ਦੁਆਲੇ ਜਿੰਨੇ ਵੀ ਡੋਗਸ ਹੁੰਦੇ ਮੈਂ ਲੋਕਾਂ ਨੂੰ ਦੱਸ ਦੇਣਾ ਵੀ ਜੇ ਕਿਤੇ ਡੋਗ ਪਿਆ ਸਾਨੂੰ ਦੱਸ ਦਿਆ ਕਰੋ ਜੀ। ਨੰਬਰ ਕੀ ਤੁਹਾਡਾ? ਮੇਰਾ 9872-7665888 ਜੀ। ਤੁਸੀਂ ਵੀ ਪ੍ਰੇਰਿਤ ਹੋ? ਮਾਪੇ ਕਹਿੰਦੇ ਨੀ ਬੜਾ ਵਧੀਆ ਉਪਰਾਲਾ ਕਰ ਲਿਆ ਯਾਰ ਇਹ, ਅੱਜ ਕੱਲ੍ਹ ਲੋਕ ਕਿੱਥੇ ਕਰਦੇ ਨੇ, ਲੋਕ ਤਾਂ ਸਮੈਲ ਵੀ ਆ ਜਾਏ ਡੋਗ ਚਾਹੇ ਸੜਕ ਦੇ ਉੱਤੇ ਪਿੱਥ ਜੇ ਪੂਰਾ ਉਹਨੂੰ ਵੀ ਚੱਕਦੇ ਨੀਗੇ ਯਾਰ। ਹਾਂਜੀ ਹਾਂਜੀ, ਮੈਂ ਬਹੁਤ ਦੇਖ ਦੇਣਾ ਜੇ ਲਾਡੋਵਾਲ ਤੋਂ ਲੈ ਕੇ ਸਲੇਮ ਟਾਵਰੀ ਤੱਕ ਬਹੁਤ ਦੇ ਦੇਣਾ, ਸੜਕ ਦੇ ਉੱਪਰ ਹੀ ਕੁੱਤਿਆਂ ਵੀ ਕੁੱਤੇ ਨੂੰ ਪੀਸ ਕੇ ਚੱਲੇ ਜਾਂਦੇ ਨੇ ਉਹ ਰਹਿੰਦੇ ਨੇ। ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਜੇਕਰ ਉੱਧਰਲਾ ਕੋਈ ਹੁੰਦਾ ਨਾ ਮੇਰੇ ਨੰਬਰ 'ਤੇ ਮੈਨੂੰ ਫੋਟੋ ਖਿੱਚ ਕੇ ਪਾ ਦਿਆ ਕਰੋ, ਤੁਹਾਡੇ ਕੋਲ ਨਹੀਂ ਟਾਈਮ ਹੁੰਦਾ ਕੋਈ ਚੱਕਰ ਨਹੀਂ, ਮੈਂ ਆ ਜਾ ਕਰੂੰ ਕੋਈ ਚੱਕਰ ਨਹੀਂ ਜੀ। ਹਾਂ ਪਰ ਤੁਸੀਂ ਮੈਨੂੰ ਦੱਸ ਦਿਆ ਕਰੋ, ਮੇਰੇ ਤੋਂ ਦੇਖਿਆ ਨਹੀਂ ਜਾਂਦਾ ਕੋਈ ਸੜਕ ਦੇ ਜੇ ਕੋਈ ਕੁੱਤਾ ਜਾਂ ਜਾਂ ਮਰਿਆ ਮੇਰੇ ਤੋਂ ਦੇਖਿਆ ਨਹੀਂ ਜਾਂਦਾ, ਮੈਂ ਚੱਕ ਉਹਨੂੰ ਸਾਈਡ 'ਤੇ ਕਰਕੇ ਉਹਨੂੰ ਦਫਨਾ ਕੇ ਹੀ ਸਾਹ ਲੈਣਾ, ਸਕੂਨ ਬਹੁਤ ਮਿਲਦਾ ਜੀ। ਹਾਂ ਲੋਕਾਂ ਨੂੰ ਨਾ ਜੀ ਮੈਂ ਤੁਹਾਨੂੰ ਇੱਕ ਗੱਲ ਦਿਆਂ, ਲੋਕਾਂ ਨੂੰ ਅੱਜ ਕੱਲ੍ਹ ਪਤਾ ਕਿਹੋ ਜਿਹੇ ਲੋਕ ਪਸੰਦ, ਕਿਹੋ ਜਿਹੇ ਬੰਦੇ ਪਸੰਦ ਨੇ, ਅਵਾਰਾ ਕਰਦੀ ਵਾਲੇ ਜਾਂ ਜਿਹੜੇ ਸੜਕ 'ਤੇ ਅਵਾਰਾ ਕਰਦੀ ਗਾ, ਜਾਂ ਚੁਗਲੀਆਂ ਵਾਲੇ ਜਾਂ ਉੱਥੇ ਚੌਂਕ 'ਚ ਖੜ੍ਹ ਕੇ ਜਾ ਕੇ ਜਾਂ ਅਵਾਰਾ ਕਰਦੀ ਕਰ ਲਓ ਬਸ, ਜਾਂ ਮੋਟਰਾਂ 'ਚ ਉਧਰ ਨੂੰ ਚੱਲ ਗਏ ਜਾਂ ਦਾਰੂ ਪੀਣ ਲੱਗ ਗਏ, ਲੋਕਾਂ ਨੂੰ ਇਹੋ ਜਿਹੇ ਬੰਦੇ ਪਸੰਦ ਨੇ ਜੀ। ਹਾਂ ਇਹ ਚੰਗੇ, ਦੇਖੋ ਜੀ ਇਹ ਗੱਲ ਇੱਦਾਂ ਵਾ ਜੀ, ਜਿਹੜੀ ਬੁਰਾਈ ਆ ਉਹ ਬੜੀ ਛੇਤੀ ਨਾਲ ਫੈਲਦੀ ਹੈ, ਜਿਹੜੀ ਅੱਛਾਈ ਹੁੰਦੀ ਹੈ ਕਿ ਦਵਾਈ ਦੀ ਤਰ੍ਹਾਂ ਹੁੰਦੀ ਆ ਜੀ। ਅਤੇ ਕਿਰਪਾ ਕਰਕੇ ਤੁਹਾਨੂੰ ਅਗਰ ਕਿਤੇ ਵੀ ਤੁਹਾਨੂੰ ਇੱਦਾਂ ਡੋਗ ਵਗੈਰਾ ਮਿਲਦੇ, ਸਾਡੀ ਸੰਸਥਾ ਮਿਸਾਲ ਦੇ ਪ੍ਰਾਈਡ ਆਫ ਸੁਸਾਇਟੀ ਆ ਜੀ, ਸਾਡੇ ਭਰਾ ਦੇ ਨੰਬਰ 'ਤੇ ਤੁਸੀਂ ਕੰਟੈਕਟ ਕਰਨਾ ਵਾ ਜੀ। ਅਗਰ ਕੋਈ ਤੁਹਾਨੂੰ ਹੋਰ ਸੇਵਾਵਾਂ ਲੋੜ ਆ, ਅਸੀਂ ਯਾਨੀ ਕਿ ਚਿਲਡਰਨ ਵੈਲਫੇਅਰ ਦੇ ਪ੍ਰੋਗਰਾਮ ਕਰਵਾਈ ਦੇ ਨੇ, ਭਾਈ ਕਨੱਈਆ ਮਿਸ਼ਨ ਸੇਵਾ ਦੇ ਨਾਲ ਰਲ ਕੇ ਅਸੀਂ ਬਲੱਡ ਕੈਂਪਸ ਅਰੇਂਜ ਕਰਾਉਂਦੇ ਹਾਂ, ਅਤੇ ਸਾਡਾ ਟੀਚਾ ਆ ਵਾ ਸਾਲ 'ਚ ਅਸੀਂ 6 ਤੋਂ ਵੱਧ ਕੋਈ ਕੈਂਪ ਨਹੀਂ ਲਾਉਣੇ, ਐਮਰਜੈਂਸੀ ਰਿਸਪੋਂਸ ਟੀਮ ਅਸੀਂ ਤਿਆਰ ਕਰਨੀ ਆ ਜੀ। ਅਤੇ ਜਿਹਨੂੰ ਵੀ ਵੀਰ ਬਲੱਡ ਦੀ ਲੋੜ ਆ, ਸਾਨੂੰ ਸਾਡਾ ਹੈਲਪਲਾਈਨ ਨੰਬਰ ਆ 91745-95745, ਮੈਂ ਦੁਬਾਰਾ ਰਿਪੀਟ ਕਰਨਾ ਚਾਹੂੰਗਾ 91745-95745 'ਤੇ ਕੰਟੈਕਟ ਕਰੇ ਜੀ। ਬਿਲਕੁਲ, ਆ ਤਿੰਨ ਵੀਰ ਹੈ ਜੋ ਮਿਸਾਲ ਹੈ ਉਹ ਸਟੀਟ ਡੋਗ ਅਵਾਰਾ ਜਾਨਵਰ ਜਿਹੜੇ ਹੁੰਦੇ ਨੇ, ਜਿਹੜੇ ਰੋਡ ਦੇ ਉੱਤੇ ਫੀਟ ਮਾਰ ਕੇ ਮਰ ਜਾਂਦੇ ਨੇ, ਉਹਨਾਂ ਨੂੰ ਦਫਨਾਇਆ ਨਹੀਂ ਜਾਂਦਾ, ਲੇਕਿਨ ਇਹ ਵੀਰ ਨੇ ਇਹ ਪੰਜਾਬ ਦੀ ਧਰਤੀ ਤੋਂ ਬਿਲੋਂਗ ਕਰਦੇ ਨੇ, ਹੋਰ ਕਿੱਥੋਂ ਬਿਲੋਂਗ ਨਹੀਂ ਕਰਦੇ, ਕਿਉਂਕਿ ਪੰਜਾਬ ਦੀ ਧਰਤੀ ਦੇ ਵਿੱਚ ਹੀ ਐਸੇ ਨੌਜਵਾਨ ਮਿਲਦੇ ਨੇ ਕਿ ਜੋ ਹਰ ਕਿਸੇ ਲਈ ਇਨਸਾਨੀਅਤ ਰੱਖਦੇ ਨੇ। ਇਨਸਾਨੀਅਤ ਇਹਨਾਂ ਦੀ ਇੰਨੀ ਵਧੀਆ ਇਨਸਾਨੀਅਤ ਲੱਗੀ ਕਿ ਇਹ ਸਟੀਟ ਡੋਗ ਚਾਹੇ ਕਾਊ ਹੋਵੇ ਚਾਹੇ ਜਿਹੜਾ ਮਰਜ਼ੀ ਜਾਨਵਰ ਰੋਡ ਦੇ ਉੱਤੇ ਮਰਿਆ, ਉਹਨੂੰ ਦਫਨਾਉਣਗੇ ਵਿਦਆਊਟ ਪੈਸਾ ਲਿੱਤਾ। ਘਰੋਂ ਵੀ ਥੋੜ੍ਹੇ ਸਹੀ ਨਹੀਂ ਹੈ, 14,000 ਰੁਪਏ ਖੁਦ ਵਿਚਾਰਾ ਕਮਾਉਂਦਾ ਵੈ, 15,000 ਤੇ ਆਹ ਲੱਗੇ ਹੋਏ ਨੇ, 12,000 ਤੇ ਉਹ ਲੱਗਾ ਹੋਇਆ ਕਿ ਸੈਲਰੀ ਇਹਨਾਂ ਦੀ ਤੁਸੀਂ ਆਹ ਹਿਸਾਬ ਲਾ ਲਓ, ਤਾਂ ਉਸ ਤੋਂ ਬਾਅਦ ਇਹ ਸੇਵਾ ਵੀ ਕਰਦੇ ਨੇ। ਇਸ ਤੋਂ ਬਾਅਦ ਲੋਕਾਂ ਨੂੰ ਕਹਾਂ ਕਿ ਇਹਨਾਂ ਨਾਲ ਸਹਿਯੋਗ ਕਰੋ, ਜਿੰਨੇ ਵੀ ਡੋਗ ਤੁਹਾਨੂੰ ਸੜਕਾਂ ਦੇ ਉੱਤੇ ਮਿਲਦੇ ਕੋਈ ਜਾਨਵਰ ਮਿਲਦਾ ਕੰਟੈਕਟ ਕਰਕੇ ਇਹ ਉਹਨਾਂ ਦਾ ਦਫਨਾਉਣਗੇ, ਲੇਕਿਨ ਇਹਨਾਂ ਦਾ ਸਪੋਰਟ ਵੀ ਕਰੋ ਤਾਂ ਕਿ ਇਹਨਾਂ ਦੀ ਸਪੋਰਟ ਅਤੇ ਇਹਨਾਂ ਦੀ ਹੱਥ ਹੋਰ ਮਜ਼ਬੂਤ ਹੋ ਸਕਣ। ਲੁਧਿਆਣਾ ਕੈਮਰਾਮੈਨ ਐਮੀ ਦੇ ਨਾਲ ਮੈਂ ਵਿਸ਼ਾਲ ਕਪੂਰ, ਲੁਧਿਆਣਾ ਲਈ।